ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਵਿੱਚ ਇੱਕ ਰੇਪ ਦਾ ਮਾਮਲਾ ਸਾਹਮਣੇ ਆਇਆ, ਇੱਕ ਨਾਬਾਲਿਗ ਬੱਚੇ ਦੇ ਨਾਲ, ਇੱਕ 12ਵੀਂ ਕਲਾਸ ਦੀ ਸਟੂਡੈਂਟ ਹੈ। ਹਾਲਾਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਸੇ ਸਕੂਲ ਦਾ ਬੱਸ ਡਰਾਈਵਰ, ਜਿਹੜਾ ਟਰਾਂਸਪੋਰਟ ਬੱਸ ਡਰਾਈਵਰ ਹੈ, ਉਹੀ ਕਾਫੀ ਦਿਨਾਂ ਤੋਂ ਜਿਹੜੀ ਨਾਬਾਲਿਗ ਬੱਚੀ ਹੈ ਉਹਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ, ਗਲਤ ਕੰਮ ਕਰ ਰਿਹਾ ਸੀਗਾ ਤੇ ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਿਹਾ ਸੀਗਾ। ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਨਾਲ ਦੇ ਨਾਲ ਮਾਮਲਾ ਦਰਜ ਕਰਨ ਤੋਂ ਬਾਅਦ ਉਹਨੂੰ ਕਾਬੂ ਵੀ ਕਰ ਲਿਆ ਗਿਆ। ਸਾਡੇ ਨਾਲ SHO ਜ਼ੀਰਕਪੁਰ ਜਸਕਮਲ ਜੀ ਨੇ। ਸਰ, ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਹੈ, ਇਸ ਪੂਰੇ ਮਾਮਲੇ ਦੀ ਇਨਫੋਰਮੇਸ਼ਨ ਕੀ ਸੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਸਾਨੂੰ ਇੱਕ ਮਾਈਨਰ ਲੜਕੀ ਵੱਲੋਂ ਕੰਪਲੇਂਟ ਮਿਲੀ ਹੈਗੀ ਹੈ ਕਿ ਉਹ ਇੱਕ ਚੰਡੀਗੜ੍ਹ ਦੇ ਸਕੂਲ ਦੇ ਵਿੱਚ ਪੜ੍ਹਦੀ ਹੈਗੀ ਹੈ ਤੇ ਜੋ ਇੱਕ ਉਹਦੇ ਸਕੂਲ ਦਾ ਬੱਸ ਡਰਾਈਵਰ ਹੈਗਾ, ਇਹ ਉਸ ਬੱਸ ਦਾ ਡਰਾਈਵਰ ਨਹੀਂ ਹੈਗਾ ਜਿਹਦੇ ਵਿੱਚ ਸ਼ੀ ਗੋਸ ਟੂ ਦਾ ਸਕੂਲ, ਇਹ ਹੀ ਇਜ਼ ਅ ਡਰਾਈਵਰ ਆਫ ਅਨਦਰ ਬੱਸ। ਲੇਕਿਨ ਉਹ ਪਰਸਿਸਟੈਂਟਲੀ ਕਾਫੀ ਦਿਨਾਂ ਤੋਂ ਹੀ ਵਾਜ਼ ਬਲੈਕਮੇਲਿੰਗ ਹਰ ਟੂ ਮੇਕ ਫਿਜ਼ੀਕਲ ਰਿਲੇਸ਼ਨਸ ਤੇ ਉਹਨੂੰ ਥਰੈਟਨ ਕਰ ਰਿਹਾ ਸੀ ਕਿ ਜੇ ਤੂੰ ਮੇਰੇ ਨਾਲ ਫਿਜ਼ੀਕਲ ਰਿਲੇਸ਼ਨਸ ਨਹੀਂ ਬਣਾਏ ਯੂ ਵਿਲ ਫੇਸ ਡਾਇਰ ਕੌਨਸੀਕੁਐਂਸਿਸ, ਤੇ ਟੇਕਿੰਗ ਹਰ ਸਟੇਟਮੈਂਟ ਵੀ ਹੈਵ ਰਜਿਸਟਰਡ FIR ਨੰਬਰ 366 2024 ਥਾਣਾ ਜ਼ੀਰਕਪੁਰ ਅੰਡਰ ਸੈਕਸ਼ਨ 376 506 ਤੇ 6 ਪੋਕਸੋ ਐਕਟ, ਤੇ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜੋ ਇਹ 'ਚ ਦੋਸ਼ੀ ਹੈਗਾ ਅਬਦੁਲ ਰਜ਼ਾਕ, ਅਸੀਂ ਉਹਨੂੰ ਅਰੈਸਟ ਕਰ ਲਿਆ ਤੇ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ, ਤੇ ਪੁਲਿਸ ਰਿਮਾਂਡ ਦੇ ਦੌਰਾਨ ਅਸੀਂ ਉਹ ਤੋਂ ਪੁੱਛਗਿੱਛ ਕਰ ਰਹੇ ਹਾਂ ਤੇ ਜੋ ਜੋ ਤੱਤ ਸਾਹਮਣੇ ਆਉਂਦੇ ਨੇ ਤਫਤੀਸ਼ ਦੇ ਵਿੱਚ ਉਹਨਾਂ ਨੂੰ ਅਸੀਂ ਸਫਾ ਮਿਸਲ ਤੇ ਲੈ ਕੇ ਆਵਾਂਗੇ ਤੇ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਵਾਂਗੇ। ਸਰ, ਸ਼ੁਰੂਆਤ ਕਿੱਥੋਂ ਹੁੰਦੀ? ਕਾਫੀ ਦਿਨਾਂ ਤੋਂ ਇਹ ਚੱਲ ਰਿਹਾ ਸੀਗਾ ਜਾਂ ਫਿਰ ਹੁਣ ਥੋੜੇ ਦਿਨ ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਕਰ ਲਿਆ? ਜੋ ਲੜਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਹੈਗਾ ਸਾਡੇ ਲੇਡੀ ਆਫੀਸਰ ਨੂੰ, ਸ਼ੀ ਇਜ਼ ਰਿਵੀਲਡ ਕਿ ਵੀ ਪਿਛਲੇ ਕੁਝ ਟਾਈਮ ਤੋਂ ਇਹ ਉਹਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ। ਇਸ ਕੇਸ ਤੋਂ ਬਿਨਾਂ ਵੀ ਜਨਰਲੀ ਆਲਸੋ ਸਾਡੇ ਵੱਲੋਂ, ਪੰਜਾਬ ਪੁਲਿਸ ਵੱਲੋਂ, ਮੋਹਾਲੀ ਪੁਲਿਸ ਵੱਲੋਂ, ਜ਼ੀਰਕਪੁਰ ਪੁਲਿਸ ਵੱਲੋਂ ਇੱਕ ਲੋਕਾਂ ਨੂੰ ਮੈਸੇਜ ਹੈਗਾ ਕਿ ਵੀ ਆਰ 100% ਕਮਿਟਡ ਟੂ ਦਾ ਸੇਫਟੀ ਆਫ ਵਿਮੈਨ, ਗਰਲਸ, ਚਿਲਡਰਨ ਐਂਡ ਐਵਰੀਬਡੀਜ਼ ਸੇਫਟੀ ਇਨ ਜਨਰਲ, ਤੇ ਇਟ ਇਜ਼ ਅ ਹੰਬਲ ਰਿਕੁਐਸਟ, ਅਗਰ ਕਿਸੇ ਬੰਦੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਤਾਂ ਉਹ ਐਟ ਵੈਰੀ ਵੈਰੀ ਇਨੀਸ਼ੀਅਲ ਔਰ ਨੀਚ ਸਟੇਜ ਦੇ ਵਿੱਚ ਹੀ ਔਰ ਸ਼ੀ ਲਾਈਕ ਇਜ਼ ਮੋਰ ਦੈਨ ਵੈਲਕਮ ਕਿ ਉਹ ਸਾਨੂੰ ਅਪਰੋਚ ਕਰੇ। ਇਹ ਬੜਾ ਇੰਪੋਰਟੈਂਟ ਹੈ ਸਰ ਜਿਹੜਾ ਤੁਸੀਂ ਪੁਆਇੰਟ ਕਿਹਾ, ਕਿਉਂਕਿ ਕਈ ਲੋਕ ਡਰ ਜਾਂਦੇ ਹੈ ਕਿ ਬਈ ਪੁਲਿਸ ਕੋਲ ਨਹੀਂ ਜਾਣਾ, ਸਾਡੀ ਇਨਸਲਟ ਹੋਏਗੀ, ਲੇਕਿਨ ਇਹ ਬਹੁਤ ਜ਼ਰੂਰੀ ਹੈ ਜਿਹੜਾ ਇਸ ਕੇਸ 'ਚ ਵੀ ਹੋਇਆ ਕਿ ਬੱਚੀ ਨੇ ਥੋੜ੍ਹੀ ਜਿਹੀ ਬਾਤ ਕੀਤੀ। ਮਨੋਜ ਜੀ, ਵੈਨ ਵੀ ਵਰ ਸਟੂਡੈਂਟਸ ਆਪਾਂ ਨੂੰ ਛੋਟੇ ਹੁੰਦੇ ਇੱਕ ਬਹੁਤ ਸਿੰਪਲ EDM ਪੜਾਇਆ ਜਾਂਦਾ ਸੀ ਕਿ ਨਿਪ ਦਾ ਈਵਲ ਇਨ ਦਾ ਬਰਡ, ਤੋ ਵਾਈ ਨਾਟ ਕਿ ਵੀ ਐਟ ਦਾ ਵੈਰੀ ਫਸਟ ਸਟੇਜ ਯੂ ਰਿਪੋਰਟ ਸੱਚ ਆ ਕ੍ਰਾਈਮ ਟੂ ਦਾ ਪੁਲਿਸ। ਤੁਸੀਂ ਇਹੋ ਜਿਹਾ ਕ੍ਰਾਈਮ ਨੂੰ ਹੋਣ ਹੀ ਨਾ ਦਿਓ, ਜੇ ਤੁਸੀਂ ਸਾਨੂੰ ਰਿਪੋਰਟ ਕਰੋ, ਇਮੀਡੀਏਟਲੀ ਵਿਲ ਰਜਿਸਟਰ ਐਨ FIR ਐਂਡ ਟੇਕ ਦ ਅਕਿਊਜ਼ ਪਰਸਨ ਇਨ ਟੂ ਕਸਟਡੀ, ਤੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਐਟ ਪ੍ਰੀਵੈਂਟਿਵ ਸਟੇਜ ਓਨਲੀ ਕਿ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੜਾ ਦੋਸ਼ੀ ਹੈ ਵਿਲ ਪੁੱਟ ਹਿਮ ਬਿਹਾਈਂਡ ਦ ਬਾਰ। ਸੋ ਜੀ, ਬਹੁਤ ਜ਼ਰੂਰੀ ਹੈ, ਲੇਕਿਨ ਇਹ ਜਿਹੜਾ ਅਕਿਊਜ਼ਡ ਹੈ ਇਹਦਾ ਕੋਈ ਪ੍ਰੋਫਾਈਲ ਸਾਹਮਣੇ ਆਇਆ ਕਿ ਡਰਾਈਵਰ ਹੈ, ਕਿੰਨੇ ਦਿਨਾਂ ਤੋਂ ਡਰਾਈਵਰ ਹੈ, ਹੋਰ ਕੋਈ ਬੱਚੇ ਨਾਲ ਤਾਂ ਨਹੀਂ ਕੋਈ, ਮਤਲਬ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ? ਹਲੇ ਤੱਕ ਤਾਂ ਕਿਸੇ ਹੋਰ ਬੱਚੇ ਨਾਲ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਹੈਗੀ ਹੈ। ਕਿੰਨੀ ਦੇਰ ਤੋਂ ਇਹ ਬੱਸ ਚਲਾ ਰਿਹਾ ਸੀਗਾ ਅਸੀਂ ਸਕੂਲ ਤੋਂ ਜਾਂ ਇਹ ਤੋਂ ਇੱਕ ਇਹਦਾ ਰਿਕਾਰਡ ਲੈਣਾ ਹੈਗਾ, ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਤੁਹਾਨੂੰ ਉਹ ਚੀਜ਼ ਕਲੀਅਰ ਕਰਤਾ। ਇਹ ਰਹਿਣ ਵਾਲਾ ਕਿੱਥੇ ਦਾ ਸਰ, ਚੰਡੀਗੜ੍ਹ ਦਾ ਜਾਂ ਪੰਜਾਬ ਦਾ ਜਿਹੜਾ ਅਕਿਊਜ਼ਡ ਹੈ? ਇਹ ਪੰਜਾਬ ਦਾ ਰਹਿਣ ਵਾਲਾ, ਪੰਜਾਬ ਦਾ ਰਹਿਣ ਵਾਲਾ ਹੈ। ਤੇ ਹਜੇ ਤੱਕ ਕੋਈ ਪਿੱਛੇ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਸਾਹਮਣੇ? ਨਹੀਂ, ਹਜੇ ਤੱਕ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਸਾਹਮਣੇ। ਸਰ, ਇਹ ਡਰਾਂਦਾ ਵੀ ਧਮਕਾਂਦਾ ਵੀ ਸੀਗਾ ਕਿ ਤੇਰੇ ਪਰਿਵਾਰ ਨੂੰ ਮਾਰ ਦੇਵਾਂਗਾ, ਇਸ ਤਰ੍ਹਾਂ ਦੀ? ਹਾਂਜੀ, ਆਫ ਡਾਇਰ ਕੌਨਸੀਕੁਐਂਸਿਸ ਇਹਨੇ ਉਹਨੂੰ ਥ੍ਰੈਟਨ ਕੀਤਾ ਹੈਗਾ ਤੇ ਅਸੀਂ ਜੋ ਉਹਦੀ ਵੀ ਸੈਕਸ਼ਨਸ ਹੈਗੇ ਨੇ ਉਹ ਨਾਲ ਐਡ ਕੀਤੇ ਹੈਗੇ ਨੇ। ਕੋਈ ਪੇਰੈਂਟਸ ਨਾਲ ਜਾਂ ਕਿਸੇ ਸਕੂਲ ਦੇ ਮੈਨੇਜਮੈਂਟ ਨਾਲ ਕੋਈ ਗੱਲਬਾਤ ਨਹੀਂ ਕੀਤੀ ਬੱਚੇ ਨੇ? ਕਿਉਂਕਿ ਤੁਸੀਂ ਵੀ ਇਹ ਗੱਲ ਕਹੀ ਕਿ ਬਹੁਤ ਜ਼ਰੂਰੀ ਹੁੰਦਾ ਤਾਂ ਇਸ ਬੱਚੇ ਨੇ ਕੋਈ ਕਿਸੇ ਨਾਲ ਅੱਗੇ ਗੱਲ ਸ਼ੇਅਰ ਨਹੀਂ ਕੀਤੀ? ਨਹੀਂ, ਬੱਚਿਆਂ ਜਦੋਂ ਬੱਚੀ ਪਹਿਲਾਂ ਡਰੀ ਹੋਈ ਸੀਗੀ ਉਸ ਤੋਂ ਬਾਅਦ ਉਹਨੇ ਆਪਣੇ ਪੇਰੈਂਟਸ ਨੂੰ ਨਾਲ ਗੱਲ ਸ਼ੇਅਰ ਕੀਤੀ ਤੇ ਪੇਰੈਂਟਸ ਤੋਂ ਬਾਅਦ ਉਹਨੇ ਫਿਰ ਸਾਡੇ ਨਾਲ, ਐਡਮਿਨਿਸਟ੍ਰੇਸ਼ਨ ਨਾਲ, ਪੁਲਿਸ ਨਾਲ ਗੱਲ ਸ਼ੇਅਰ ਕੀਤੀ, ਸਾਡੀ ਲੇਡੀ ਆਫੀਸਰ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਇਮੀਡੀਏਟਲੀ ਅਸੀਂ FIR ਰਜਿਸਟਰ ਕੀਤੀ। ਮੈਰਿਡ ਹੈ ਸਰ ਜਿਹੜਾ ਅਕਿਊਜ਼ਡ ਹੈ?
ਅਕਿਊਜ਼ਡ ਹਾਂਜੀ ਮੈਰਿਡ ਹੈ ਠੀਕ ਹੈ ਤੇ ਲਗਾਤਾਰ ਇਹਦੇ ਵਿੱਚ ਕਿਉਂਕਿ ਬਹੁਤ ਸਾਰੀ ਚੀਜ਼ਾਂ ਹੈ ਮਾਮਲਾ ਕਿਉਂਕਿ ਨਾਬਾਲਿਗ ਬੱਚੇ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਕਈ ਚੀਜ਼ਾਂ ਨੂੰ ਲੈ ਕੇ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਹ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਤੇ ਹਾਲਾਂਕਿ ਇਹਦੇ ਵਿੱਚ ਕਈ ਚੀਜ਼ਾਂ ਨਿਕਲ ਕਰ ਸਾਹਮਣੇ ਆ ਰਹੀ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਸ ਤਰ੍ਹਾਂ ਦੀ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਕਿ ਪੇਰੈਂਟਸ ਨੂੰ ਵੀ ਕਿ ਬਹੁਤ ਕਈ ਚੀਜ਼ਾਂ 'ਤੇ ਮੋਨੀਟਰਿੰਗ ਵੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਲਗਾਤਾਰ ਕੋਆਰਡੀਨੇਸ਼ਨ ਜਿਹੜਾ ਹੈਗਾ ਬੱਚਿਆਂ ਦੇ ਨਾਲ ਵੀ ਗੱਲਬਾਤ ਜਿਹੜੇ ਟਰਾਂਸਪੋਰਟ 'ਤੇ ਬਾਈ ਚਾਂਸ ਉਹ ਆ ਰਹੇ ਤਾਂ ਉਹਨਾਂ ਨਾਲ ਵੀ ਜ਼ਰੂਰ ਜਿਹੜੀ ਹੈਗੀ ਉਹ ਮੋਨੀਟਰਿੰਗ ਕੀਤੀ ਜਾਵੇ ਜਾਂ ਗੱਲਬਾਤ ਬੱਚਿਆਂ ਨਾਲ ਵੀ ਕੀਤੀ ਜਾਵੇ ਜੇਕਰ ਬੱਚਾ ਕੋਈ ਇਸ ਤਰ੍ਹਾਂ 'ਚ ਗੱਲਬਾਤ ਨਹੀਂ ਕਰ ਰਿਹਾ ਕੋਈ ਇਸ ਤਰ੍ਹਾਂ 'ਚ ਹੈ ਤਾਂ ਜ਼ਰੂਰ ਤੁਸੀਂ ਉਹਦੀ ਕਾਉਂਸਲਿੰਗ ਕਰਕੇ ਪੁੱਛੋ ਕਿ ਆਖਿਰ ਕੀ ਹੋ ਰਿਹਾ ਕਿਉਂਕਿ ਇਸ ਕੇਸ 'ਚ ਵੀ ਇਸ ਤਰ੍ਹਾਂ ਦੀ ਚੀਜ਼ਾਂ ਹੋਈ ਬੱਚੇ ਨੇ ਬਹੁਤ ਟਾਈਮ ਤੋਂ ਡਰ ਰਿਹਾ ਸੀਗਾ ਬਹੁਤ ਟਾਈਮ ਤੋਂ ਸਟ੍ਰੈਸ ਸੀਗਾ ਲੇਕਿਨ ਜਦ ਜ਼ਿਆਦਾ ਹੀ ਹੱਦ ਹੋ ਗਈ ਤਾਂ ਬੱਚੇ ਨੇ ਆਪਣੇ ਪੇਰੈਂਟਸ ਨੂੰ ਰੋ ਰੋ ਕੇ ਗੱਲ ਦੱਸੀ ਔਰ ਉਸ ਤੋਂ ਬਾਅਦ ਪੁਲਿਸ ਕੋਲ ਮਾਮਲਾ ਪਹੁੰਚਿਆ ਤੇ ਪੁਲਿਸ ਦੇ ਨਾਲ ਇਹ ਮਾਮਲਾ ਦਰਜ ਕਰਕੇ ਜਿਹੜਾ ਅਕਿਊਜ਼ ਹੈ ਉਹਨੂੰ ਕਾਬੂ ਕਰ ਲਿਆ ਜ਼ੀਰਕਪੁਰ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ